ਬੜੀ ਸ਼ਫਕਤ ਔਰ ਮੁਹੱਬਤ ਨਾਲ ਪੇਸ਼ ਅਸਣਾ ਤੇ ਜਿਹਦਾ ਸਰਕਾਰ ਟੁੱਲ ਲਏ ਪਹਿਲੇ ਪਾਣੀ ਬਾਈ ਦੀ ਦਿੱਤਾ ਗਿਆ ਬਾਈ ਪਤਾ ਲਾ ਤੁਸੀਂ ਬਿਮਾਰ ਹੋ ਗਏ ਹੋ ਤੇ ਵੇਖਿਆ ਪਤਾ ਕਰੀ ਤੇ ਅੱਛਾ ਕਿਉਂਕਿ ਮਜ਼ਹਬ ਸੜਾ ਆਖਣਾ ਕਿ ਬਿਮਾਰ ਨਹੀਂ ਬਿਮਾਰ ਕੁਰਸੀ ਕਰਨੇ ਨਾਲ ਵੀ ਅੱਲਾ ਤਬਾਰਕ ਵਤਾਲਾ ਉਸ ਇਨਸਾਨ ਨੇ ਨਾਮਾ ਮਾਲਿਜ ਨੇਕੀਆਂ ਲਿਖਾ ਤੇ ਬਾਕੀ ਜਿਹੜੀਆਂ ਸ਼ਰੀਕਾਂ ਜਿੱਤੀਆਂ ਸੀਆਂ ਮੌਸਮੀ ਈਸਵੀ ਜਿੱਤੀਆਂ ਸ਼ਰੀਕਾਂ ਸੀਆਂ ਉਹਨਾਂ ਹਾਲੀ ਹੁਕਮ ਦੱਸਿਆ ਹੁਕਮ ਕਰੀ ਦੱਸਿਆ ਬਈ ਇਹ ਕੰਮ ਕਰੋ ਤੇ ਪਹਿਲੇ ਸ਼ਰੀਅਤ ਮੁਹੰਮਦੀਆ ਸਰਕਾਰ ਨੇ ਆਪ ਅਮਲ ਕੀਤਾ ਤੇ ਫਿਰ ਸਾਹਿਬਾ ਕੀ ਦੱਸਿਆ ਵੀ ਇਸ ਤਰ੍ਹਾਂ ਅਮਲ ਕਰੀ ਤੇ ਨਾਥ ਸ਼ਰੀਫ ਨਾਥ ਸ਼ਰੀਫ ਹੈ ਕਿਸੇ ਰੰਗ ਦੀ ਪੇਸ਼ ਕੀਤੀ ਕਿਸੇ ਹੈ ਸਰਕਾਰ ਦੀ ਤਾਰੀਫ ਹੈ ਇੱਕ ਨਾਥ ਸ਼ਰੀਫ ਅੰਬੀ ਆਰੀਆਂ ਦੁਆਵਾਂ ਕਿ ਅੱਲਾ ਪਾਕ ਸਾਡੇ ਕੋਲੋਂ ਨਬੂਤ ਚਾਹੀਏ ਅਸਾਂ ਕੀ ਸਰਕਾਰ ਨੂੰ ਉਮਤੀ ਬਣਾ ਇੱਕ ਈਸਾ ਅਲੈਹਿਸ ਸਲਾਮ ਸਰਕਾਰ ਦੀ ਦੁਆ ਕਬੂਲ ਹੋਈ ਉਹ ਕਿਆਮਤ ਦੇ ਨਜ਼ਦੀਕ ਦੁਨੀਆਂ ਪਰ ਸਰਕਾਰ ਜਲਵਾ ਫਰੋਜ਼ ਹੋ ਸਨ ਜਨਾਬ ਮਹਿਦੀ ਸਰਕਾਰ ਦੀ ਮਦਦ ਵਾਸਤੇ ਤੋ ਮੇਰੇ ਦੋਸਤੋ ਐਜ਼ ਏ ਪੈਂਬਰ ਨਹੀਂ ਚੁਣ ਲਏ ਬਲਕਿ ਸਰਕਾਰ ਨੇ ਗੁਲਾਮ ਆਸਾ ਤੋ ਅਸਾਂ ਕਿਤਨੇ ਖੁਸ਼ ਨਸੀਬ ਹਾਂ ਕਿ ਅਸਾਂ ਪਿਓ ਦਾਦਿਓ ਸਰਕਾਰ ਨੇ ਉਮਤ ਹੀ ਚਲੇ ਹੱਸਣੇ ਆ ਪਈ ਅੱਲਾ ਨੇ ਜਿਤਨਾ ਸ਼ੁਕਰ ਅਦਾ ਕਰਾ ਅੱਲਾ ਪਾਕ ਨੇ ਕਿਸੇ ਅਹਿਸਾਨ ਵੀ ਨਹੀਂ ਜਿਤਲਾਇਆ ਲੇਕਿਨ ਜਿਸਲੇ ਆਪਣੇ ਮਹਿਬੂਬ ਦੀ ਵਾਰੀ ਆਈ ਤੇ ਸਰਕਾਰ ਅੱਲਾ ਪਾਕ ਨੇ ਫਰਮਾਇਆ ਕਿ ਮੈਂ ਮੋਮਨਾ ਪੁਰ ਅਹਿਸਾਨ ਕੀਤਾ ਕਿ ਉਹਨਾਂ ਕੋ ਆਪਣਾ ਮਹਿਬੂਬ ਚਾਹੀਦਾ ਤੋ ਭਾਈਪੁਰ ਸਾਹਿਬ ਬਹਿਲੀ ਤਸ਼ਰੀਫ ਫਰਮਾਏ ਜਨਾਬ ਦੀ ਖੁਸ਼ ਆਮਦੀਦ ਹੋਏ ਆ ਤੇ ਸਰਕਾਰ ਫਰਮਾਣੇ ਨਾਤੀਆ ਸ਼ਾਇਰਾ ਹਣੇ ਹਮੇ ਆਪਣਾ ਮੋ ਕਹਿ ਦੇ ਮੁਹੱਬਤ ਹੋ ਤੋ ਐਸੀ ਹੋ ਹਮੇ ਰੱਖ ਦੇ ਨਜ਼ਰੋਂ ਮੇਂ ਹਮੇ ਰੱਖ
ਮੀਆਂ ਸਾਹਿਬ ਸਰਕਾਰ ਨੇ ਦੋ ਚਾਰ ਵਾਰ ਤੁਹਾਡੇ ਕੋਸ਼ ਗੁਜ਼ਾਰ ਕਰ ਸਨ ਨਾਥ ਸ਼ਰੀਫ ਜੀ, ਅਤੇ ਉਸ ਤੋਂ ਬਾਅਦ ਅਗਲੀਆਂ ਗੱਲਾਂ ਚਾਹਦੇ ਤੁਸੀਂ ਦੋਸਤਾਂ ਨੇ ਕੋਸ਼ ਗੁਜ਼ਾਰ ਕਰ ਸਕਦਾ ਸਰਕਾਰ ਫਰਮਾਣੇ ਵਾਲੇ ਸਰਕਾਰ ਮੀਆਂ ਸਾਹਿਬ ਸਰਕਾਰ ਫਰਮਾਣੇ ਵਾਲੇ ਕਦਰ ਨਬੀ ਦਾ ਹੈ ਕੀ ਜਾਨਨ ਕਦਰ ਨਬੀ ਦਾ ਹੈ ਕੀ ਜਾਨਨ ਸੁਣੀ ਯਾਰ ਕਮੀ ਨੇ ਕਦਰ ਨਬੀ ਦਾ ਜਾਨਨ ਜਵਾਨ ਸੋਪ ਕੇ ਬੀਜ ਮਲੀ ਨੇ ਕਦਰ ਨਬੀ ਦਾ ਜਾਨਨ ਜਵਾਨ ਸੋਪ ਕੇ ਬੀਜ ਮਲੀ ਨੇ ਸਤਿ ਸ਼੍ਰੀ ਅਕਾਲ।
ਮਜਾਜ਼ੀ ਕਿਸਾ ਨਹੀਂ ਇਸਨੇ ਵੀ ਸਰਕਾਰ ਨੇ ਜਿਹੜੇ ਹੱਕ ਨੇ ਰਸਤੇ ਨੇ ਸਾਹ ਲੈ ਕੇ ਉਹਨਾਂ ਵਾਸਤੇ ਵੀ ਬੜਾ ਸਬਕ ਬਿਆਨ ਫਰਮਾਇਆ ਕਿ ਤੂੰ ਜਿਸ ਤਰ੍ਹਾਂ ਕੈਸੇ ਸਫ਼ਰ ਕਰਸੇ ਤੇਰੇ ਨਾਲ ਕੇ ਹੋ ਸੀ ਸਰਕਾਰ ਨੇ ਜਿਸ ਤਰ੍ਹਾਂ ਫਰਮਾਇਆ ਸਭ ਤੋਂ ਪਹਿਲਾਂ ਤੇਰੀ ਜਿਹੜੀ ਲੜਾਈ ਹੈ ਉਹ ਕੁੱਤਿਆਂ ਨਾਲ ਹੋ ਸੀ ਸਫ਼ਲ ਮਲੂਕ ਦੀ ਸਰਕਾਰ ਫਰਮਾਉਣੇ ਕੁੱਤਿਆਂ ਨਾਲ ਤੇਰੀ ਪਹਿਲੀ ਮੁਲਾਕਾਤ ਹੈ ਸਰਕਾਰ ਨੇ ਫਰਮਾਇਆ ਹਜ਼ੂਰ ਨਬੀ ਪਾਕ ਅਲੈਹਿਸਸਲਾਮ ਸਾਹਿਬ ਜੇ ਦੁਨੀਆ ਮੁਰਦਾਰ ਹੈ ਉਸ ਕੋ ਚਾਹਣੇ ਵਾਲੇ ਕੁੱਤੇ ਸਰਕਾਰ ਨੇ ਫਰਮਾਇਆ ਸਭ ਤੋਂ ਪਹਿਲੇ ਤੁਹਾਡੀ ਜੰਗ ਜਿਹੜੀ ਹੈ ਕੁੱਤਿਆਂ ਨਾਲ ਹੋ ਸੀ ਫਿਰ ਅੱਗੇ ਸਰਕਾਰ ਫਰਮਾਉਣੀ ਕਿ ਜਿਸ ਲੈ ਤੋਕਾ ਕੈਸੇ ਤੇ ਤੁਹਾਡੀ ਲੜਾਈ ਜਿਹੜੀ ਆ ਉਹ ਬਾਂਦਰਾਂ ਨਾਲ ਹੋ ਸੀ ਬਾਂਦਰਾਂ ਤੋਂ ਮੁਰਾਦ ਕਿ ਜਿਹੜੇ ਜਾਣਨੇ ਕੱਖ ਵੀ ਨਹੀਂ ਲੇਕਿਨ ਉਹ ਬੜੇ ਪੀਰ ਬਣੀ ਦੇ ਬਹਿਣੇ ਕੰਠੇ ਤੇ ਗਲੇ ਵਿੱਚ ਪਤਾ ਨਹੀਂ ਹੋਰ ਕਹਿ ਛਾਪਾਂ ਤੇ ਫਲਾਣ ਲੇਕਿਨ ਸਰਕਾਰ ਨੇ ਕੰਠੇ ਗਾਣਿਆਂ ਥੀ ਹਾਸਲ ਕੁਝ ਨਹੀਂ ਨਾ ਕੁਝ ਜਲੀ ਵਿੱਚੋਂ ਨਾ ਕੁਝ ਜੁਲੀ ਵਿੱਚੋਂ ਐਵੇਂ ਮੂੰਹ ਚਮਕਾਉਣ ਦਾ ਕੀ ਫਾਇਦਾ ਜੇਕਰ ਇੱਕ ਬੋਟੀ ਅੰਦਰੋਂ ਤੁਲੀ ਨਹੀਂ ਕਿਉਂ ਕਲਬ ਜਿਹੜਾ ਉਹਨਾਂ ਤੋਂ ਹੋਇਆ ਦਿਲ ਦੇ ਸ਼ੀਸ਼ੇ ਨੂੰ ਦਾਗ ਨਾ ਲੱਗ ਜਾਵੇ ਐਵੇਂ ਮੂੰਹ ਚਮਕਾ ਕੇ ਕੀ ਲੈਣਾ ਤਾਂ ਮੇਰੇ ਦੋਸਤੋ ਰਾਜਾ ਸੁਧੀਰ ਸਾਹਿਬ ਪੀ ਐਸ ਏ ਚੌਧਰੀ ਨੇਮ ਸਾਹਿਬ ਡੀ ਐਫ ਸੀ ਚੌਕੀ ਸਰਸਾਵਾ ਤਾਂ ਇਹਨਾਂ ਨੇ ਚਾਰ ਫਰਮਾਇਸ਼ ਦੇ ਸਰਕਾਰ ਹੋਣੇ ਕਿ ਜਿਸਦਾ ਸ਼ਹਿਜ਼ਾਦਾ ਸੈਫਲ ਮਲੂਕ ਇਕੱਲਾ ਰਹਿ ਗਿਆ ਬਾਕੀ ਉਸਨੇ ਨਾਮ ਦੇ ਸੰਗੀ ਮਰ ਗਏ ਕੋਈ ਪਿਛੜ ਗਏ ਕੋਈ ਰਹਿ ਗਏ ਪਿੱਛੇ ਕਈ ਕਾਲਾ ਪਹਾੜ ਆਇਆ ਉਹ ਬਹਿਰਾ ਸਮੁੰਦਰ ਆ ਉਸਨੇ ਕਿਨਾਰੇ ਤੋਂ ਬੜਾ ਪਹਾੜਾ ਕਾਲਾ ਸਿਆ ਉਸਦੇ ਵਿੱਚ ਇੱਕ ਬੂਟਾ ਆਇਆ ਜਿਸਨੇ ਪਰ ਚੜੀ ਦਾ ਬੈਠਾ ਔਰ ਬਹੁਤ ਨਾ ਇੰਤਜ਼ਾਰ ਕਰਨਾ ਪਤਾ ਨਹੀਂ ਮੈਂ ਮਰੀ ਐਸਾ ਹੋਰ ਵਰਸਾ ਜਾਂ ਕਿਹੜੇ ਦਾ ਵਰਸਾ ਤਾਂ ਸਰਕਾਰ ਆਖਣੇ ਕਾਫੀ ਟੇਮ ਉਹਨੇ ਤੋਂ ਬਾਅਦ ਇੱਕ ਸੱਪ ਆਇਆ ਪਾਣੀ ਪੀਣ ਵਾਸਤੇ ਜਿਹੜਾ ਵਾਪਸ ਗਿਆ ਉਸਨੇ ਸੱਪ ਦਾ ਦੁੱਖ ਤੋੜਿਆ ਤੇ ਉਸ ਪਹਾੜ ਕੀ ਕ੍ਰਾਸ ਕਰ ਗਿਆ ਦਿਆਣੀ ਬਸਤੀ ਵੀ ਦਾਖਲ ਹੋਇਆ ਬਦਰਾ ਖਾਤੂਨ ਨਾਲ ਮੁਲਾਕਾਤ ਹੋਈ ਇਸ ਬਦਰਾ ਖਾਤੂਨ ਨੇ ਉਸਕੀ ਤਕੀਆ ਤੇ ਆਹੁਲ ਲਈ ਮੁਸਕਰਾਈ ਪਹਿਲੇ ਫਿਰ ਰੋਈ ਪੁੱਛਿਆ ਮੁਸਕਰਾਉਣ ਤੇ ਰੋਣ ਦੀ ਵਜ੍ਹਾ ਉਸਨੇ ਆਪਣੀ ਅਰਸੇ ਬਾਅਦ ਕਿਸੇ ਆਤਮਜ਼ਾਦ ਦੀ ਸ਼ਕਲ ਤੱਕੀ ਕਿਸੇ ਇਨਸਾਨ ਦੀ ਸ਼ਕਲ ਤੱਕੀ ਰੋਈ ਤਾਂ ਹੀ ਆ ਕਿ ਦਿਆਣੀ ਬਸਤੀ ਹੈ ਮੈਂ ਤਾਂ ਦਿਆਣੀ ਕਹਿ ਦੀ ਚਾਹੋ ਤੁਸੀਂ ਤੋਂ ਖਾ ਜਾ ਸਾ ਘਰ ਕਰਨਿਆਂ ਉਹ ਬਦਰਾ ਖਾਤੂਨ ਉਸਕੀ ਨਾਲ ਲੈ ਕੇ ਸਰਮਦੀਪ ਸ਼ਹਿਰਾ ਜਿੱਥੇ ਬਦਰਾ ਖਾਤੂਨ ਨੂੰ ਪਿਓ ਉੱਥੇ ਦਾ ਬਾਦਸ਼ਾਹ ਸਾ ਤਾਂ ਸਰਕਾਰ ਆਖਣੇ ਉਸ ਬਾਗੇ ਇਹਨਾਂ ਦੇ ਅੰਦਰ ਸ਼ਹਿਜ਼ਾਦਾ ਆਰਾਮ ਕਰਨਾ ਪਿਆ ਪਰੀ ਉਸ ਬਦਰਾ ਖਾਤੂਨ ਦੀ ਦੋਸਤ ਸੀ ਜਿਹੜੀ ਬਦੀਅਲ ਜਮਾਲੀ ਉਸਕੀ ਜਿਹੜਾ ਪਤਾ ਲਾ ਕਿ ਬਦਰਾ ਖਾਤੂਨ ਵਾਪਸ ਆ ਰਹੇ ਮੁਲਾਕਾਤ ਕਰਨ ਵਾਸਤੇ ਆਈ ਜਿਸਲੇ ਉਸ ਦੱਸਿਆ ਕਿ ਤੂੰ ਕਿਸ ਲਿਆ ਉੱਥੋਂ ਆਜ਼ਾਦ ਹੋਈ ਹੈ ਉਸ ਦੱਸਿਆ ਇੱਕ ਆਦਮ ਆਜ਼ਾਦ ਆ ਸੈਫਲ ਮਲੂਕ ਉਸਨੇ ਨਾ ਆ ਤੇਰਾ ਬੜਾ ਆਸ਼ਿਕ ਆ ਬੜੀ ਹੈਰਾਨ ਹੋਈ ਉਸ ਉਹ ਮੈਨੂੰ ਤੱਕਿਆ ਵੀ ਨਹੀਂ ਕਿਸ ਤਰ੍ਹਾਂ ਮੇਰਾ ਉਹ ਗਮ ਗੋਤੇ ਗਮ ਖਾਰ